ਅੱਜ ਰੱਗ ਵੀ ਲੱਗੀ ਆ ਜੀ, ਤੇ ਆਹ ਦੇਖ ਲਓ ਧੂੰਆਂ ਅੱਖਾਂ 'ਚ ਆ ਰਿਹਾ, ਜਵਾਨ ਫਿਰ ਵੀ ਚਲਾ ਰਿਹਾ ਜੀ ਟਰੈਕਟਰ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਦੋਸਤੋ, ਸਾਰਿਆਂ ਨੂੰ ਮੇਰੀ ਤਰਫੋਂ ਸਲਾਮ ਹੋ ਗਿਆ ਜੀ। ਅਤੇ ਇਹ ਵੀਡੀਓ ਬਣਾ ਰਹੇ ਹਾਂ ਜੀ ਤਹਿਸੀਲ ਖਾਨਪੁਰ, ਜ਼ਿਲ੍ਹਾ ਰਹੀਮ ਯਾਰ ਖਾਨ ਦੇ ਨਾਲ। ਆਪਣਾ ਤਹਿਸੀਲ ਖਾਨਪੁਰ ਦਾ ਹੈ ਜੀ, ਛੋਟਾ ਜਿਹਾ ਇੱਕ ਗਾਓਂ ਹੈ, ਕਸਬਾ ਕਹਿ ਲਓ ਜਾਮਪੁਰ। ਜਾਮਪੁਰ ਦੇ ਵਿੱਚ ਜੀ ਇਹ ਜਵਾਨ ਦੇਖ ਲਓ ਜੀ, ਇਹਦੀ ਉਮਰ, ਅਤੇ ਇਹ ਇੱਥੋਂ ਕੱਢੇਗਾ ਜੀ ਇਹ ਟਰੈਕਟਰ ਨੂੰ। ਟਰੈਕਟਰ ਦਾ ਉਰਲਾ ਟਾਇਰ ਠੀਕ ਆ ਜੀ, 2012 ਮਾਡਲ ਆ ਇਹ, ਅਤੇ ਪਰਲਾ ਟਾਇਰ ਬਿਲਕੁਲ ਖਤਮ ਹੋਈ, ਤੁਹਾਨੂੰ ਦਿਖਾ ਦਿੰਦੇ ਹਾਂ। ਦੇਖ ਲਓ ਜੀ ਖੱਬੀ ਸਾਈਡ ਦਾ ਟਾਇਰ ਆ, ਅਤੇ ਟਰੈਕਟਰ ਜਿਹੜਾ ਨਾ ਫਿਰ ਪਰਲੀ ਸਾਈਡ 'ਤੇ ਖਿਚਾਈ ਜ਼ਿਆਦਾ ਕਰਦਾ, ਅਤੇ ਜਵਾਨੇ ਤਾਰਾਂ ਕੱਸ ਲਈਆਂ ਜੀ, ਕੱਸਦਾ ਪਿਆ ਬਲਕਿ, ਅਤੇ 12 ਮਾਡਲ ਆ ਜੀ, ਅਤੇ ਇਹਦੀ ਤੁਹਾਨੂੰ ਪਰਫੋਰਮੈਂਸ ਦਿਖਾਉਂਦੇ ਹਾਂ। ਰਸਤਾ ਨਵਾਂ ਵਾ ਸਾਰਾ ਹੀ, ਇਹ ਦੇਖ ਲਓ, ਇੱਥੋਂ ਬੜਾ ਔਖਾ ਹੋ ਕੇ, ਛੋਟਾ ਜਿਹਾ ਟਰੈਕਟਰ ਨਾ, ਛੋਟਾ ਟਰੈਕਟਰ ਬੜਾ ਔਖਾ ਹੋ ਕੇ ਜਾਂਦਾ। ਇਹ ਨਵਾਂ ਰਸਾ ਸਾਰੀਆਂ ਲੀਆਂ ਜਿੱਥੇ ਹੈਗੀਆਂ ਬਹਿੰਦੀਆਂ ਜਾਂਦੀਆਂ ਸਾਰੀਆਂ, ਅਤੇ ਇਹਦੇ ਉੱਤੇ ਤੁਹਾਨੂੰ ਇਹਦੀ ਪਰਫੋਰਮੈਂਸ ਚੈੱਕ ਕਰਾਉਣੀ ਜੀ। ਅੱਗੋਂ ਇੱਕ ਏਕੜ ਜਿਹੜਾ ਉਹ ਥੱਲਿਓਂ ਉਤਰਨਾ ਇਹਨੇ, ਉੱਥੇ ਤਾਂ ਫਿਰ ਡਾਂਸ ਹੀ ਕਰਦਾ ਜਾਂਦਾ ਟਰੈਕਟਰ, ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਦੀ ਪਰਫੋਰਮੈਂਸ। ਵੀਡੀਓ ਅੱਛੀ ਲੱਗੇ ਤੈਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਮਜ਼ੀਦ ਅਸੀਂ ਵੀਡੀਓ ਦੇਖਣ ਵਾਸਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ ਜੀ। ਲਓ ਜੀ ਆਹ ਉਹ ਜਗ੍ਹਾ ਆ ਗਈ ਆ ਜਿੱਥੋਂ ਟਰੈਕਟਰ ਤਮਾਸ਼ੇ ਕਰਦਾ ਹੋਇਆ ਲੰਘੇਗਾ, ਫਿਰ ਤੁਹਾਨੂੰ ਦਿਖਾਉਂਦੇ ਜੀ ਇਹਦੀ ਪਰਫੋਰਮੈਂਸ। ਇਹ ਸ਼ਹਿਜ਼ਾਦਾ ਵੀ ਆ ਗਿਆ ਜੀ, ਇਹ ਲੱਥੇ ਆਇਆ ਜੀ ਥੱਲੇ, ਆਹ ਤਮਾਸ਼ਾ ਸ਼ੁਰੂ ਹੋ ਗਿਆ ਟਰੈਕਟਰ ਦੇ। ਰੱਗ ਵੀ ਲੱਗੀ ਆ ਜੀ, ਅਤੇ ਇਹ ਦੇਖ ਲਓ ਧੂੰਆਂ ਅੱਖਾਂ 'ਚ ਆ ਰਿਹਾ, ਜਵਾਨ ਫਿਰ ਵੀ ਚਲਾ ਰਿਹਾ ਜੀ ਟਰੈਕਟਰ। ਲਓ ਜੀ ਨਿਕਲ ਗਿਆ ਇੱਥੋਂ ਤੋਂ ਬਾਹਰ।